नौकरी पर है आपका हक, चले लक्ष्य से लक्ष्य तक, बेरोजगारी से करने दो दो हाथ, लक्ष्य आ रहा है ऑनलाइन अपनी पूरी टीम के। सत श्री अकाल दोस्तों, मैं रेशम सिद्धू, तुसी देख रहे हो फास्ट न्यूज टुडे। अज पहुंचे हाँ सरसा जिला के पिंड भंगू। दोस्तों पिंडां दे विच बड़े हुनर है जिहड़े उह छुपे पए है, आर्थिक मजबूरियां दे थले दबे पए है। सोशल मीडिया दे जमाने च बहुत सारे इस तरह के हुनर है जिहड़े उह दुनिया के सामने आए है। इसे तरह के एक हुनर है जिहड़ा उह बहुत साल पुराना जिहड़ा उह गरीबी थले नप्पिया रहा है। उस्तादां दे उस्ताद गायकी दे बाबा बोर्ड लाल चंद जमला जी, उन्हां दी शागिरदगी हासिल करन वाले इक इहो जिहे शख्स नाल असीं मुलाकात करवाउण जा रहे हां, जिन्हां नूं अजे भी है जिहड़ा गायकी दा उह बड़ा शौक है, लोक गीतां दा शौक आ उह बणिया होया हैगा। तुसीं साडे नाल देखदे रहो, करदे उहनां नाल गल्लबात, देखदे रहो फास्ट न्यूज़ टुडे। ਸ਼ਮੀਰ ਦੀਆਂ ਇੱਕ ਤਾਰੇ ਵਾਲਿਆ ਬਾਬਾ ਉਹ ਤੂੰ ਕੱਸਣਾ ਜਾਹੀ ਏ ਸਤਿਗੁਰ ਨਾਨਕ ਤੇਰੀ ਲੀਲਾ ਨਿਆਰੀ ਐ ਰੀਜਾ ਲਾ ਲਾ ਦੇ ਦੁਨੀਆ ਬਾਰੀ ਐ ਏ ਫੁੱਲ ਬਲੇਖੇ ਮੁੜ ਕੇ ਵੇਲਾ ਪਾ ਜਾਵੀ ਸਾਰੇ ਪੁੱਤ ਹਮੇਰਾ ਜੋਤੀ ਜਿਦਾ ਜਾਵੀ ਬਾਣੀ ਤੇ ਥਾ ਫੈਜਣ ਬਹੁਤ ਪਿਆਰ ਦੀਆਂ ਸੀ ਗੱਲਾਂ ਪੁੱਛਦੇ ਸੀ ਵੀ ਆਹ ਗੀਤ ਕਿਵੇਂ ਜੀ, ਮੈਂ ਤੇਰੀ ਤੂੰ ਮੇਰਾ ਛੱਡਣਾ ਜਾਂਦੀ ਵੇ। ਉਹ ਕਹਿੰਦਾ ਬੂਟਿਆ ਇਹ ਦੋਨੇ ਪਾਸੇ ਲੱਗਦੀ ਹੈ ਵੀ ਮੁੰਡੇ ਢਾਣੀ ਰੱਖਣਗੇ ਮੈਂ ਤੇਰੀ ਤੂੰ ਮੇਰਾ ਛੱਡਣਾ ਜਾਂਦੀ ਵੇ। ਜਿਹੜੀ ਰੂਹ ਹੈ ਨਾ ਇਹ ਬੁੱਤ ਨੂੰ ਕਹਿੰਦੀ ਹੈ ਤੂੰ ਮੈਨੂੰ ਛੱਡ ਕੇ ਨਾ ਜਾਵੀ। ਮੈਂ ਤੇਰੀ ਤੂੰ ਮੇਰਾ ਛੱਡਣਾ ਜਾਵੀ ਰੇ ਜੋ ਅਲੜ ਪਲੇ ਜਲਾਈਆਂ ਤੋੜਨ ਵਾਲੀ ਰੇ। 65 ਸਾਲ ਸੀ ਜਦੋਂ ਦੀ ਇਹ ਤੁੰਬੀ ਮੇਰੇ ਹੱਥ ਦੇ ਵਿੱਚ ਜਿਉਣੇ ਜੱਟ ਦਾ ਹੱਥ ਲੱਗਿਆ ਹੋਇਆ ਤੁੰਬੀ ਦਾ, ਤੇ ਇਹੋ ਜਿਹੀ ਤੁੰਬੀ ਉਹਦੀ ਜੀ। ਲੋਕ ਸਾਰੇ ਕਹਿੰਦੇ ਵੀ ਯਾਰ ਇਹੋ ਜਿਹੀ ਜਮਣੇ ਦੀ ਤੂੰ ਇਹ ਲਈ ਕਿਵੇਂ ਫਿਰਦਾ ਇੰਨੇ ਸਾਲ। ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ, ਤੁਸੀਂ ਦੇਖ ਰਹੇ ਹੋ ਫਾਸਟ ਨਿਊਜ਼ ਟੁਡੇ। ਅੱਜ ਅਸੀਂ ਪਹੁੰਚ ਚੁੱਕੇ ਹਾਂ ਸਰਸਾ ਜ਼ਿਲ੍ਹਾ ਦੇ ਪਿੰਡ ਭੰਗੂ, ਉਸਤਾਦਾਂ ਦੇ ਉਸਤਾਦ ਲਾਲ ਚੰਦ ਜਮਲਾ ਜੱਟ, ਜਿਹਨੂੰ ਗਾਇਕੀ ਦਾ ਬਾਬਾ ਬੋਹੜ ਮੰਨਿਆ ਜਾਂਦਾ ਹੈ। ਅੱਜ ਵੀ ਹੈ ਜਿਹੜੇ ਕਲਾਕਾਰ ਆ ਉਹਨਾਂ ਦੀ ਪੂਜਾ ਕਰਦੇ ਹੈ। ਉਹ ਜੀ ਇੱਕ ਉਹਨਾਂ ਦੇ ਸ਼ਾਗਿਰਦ ਹੈ ਜਿਹੜੇ ਸਾਡੇ ਨਾਲ ਬੈਠੇ ਆ, ਉਹਨਾਂ ਨਾਲ ਅੱਜ ਖਾਸ ਮੁਲਾਕਾਤ ਕਰਨ ਆਏ ਹਾਂ। ਉਹਨਾਂ ਦੀ ਗਾਇਕੀ ਹੈ ਜਿਹੜਾ ਉਹਨਾਂ ਦਾ ਵਿਰਸਾ ਹੈ ਉਹਨਾਂ ਨੂੰ ਸੰਭਾਲੀ ਬੈਠੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਤੁਹਾਡਾ ਨਾਮ ਕੀ ਹੈ ਜੀ? ਮੇਰਾ ਜੀ ਬੂਟਾ ਸਿੰਘ ਜੀ। ਬੂਟਾ ਸਿੰਘ ਜੀ, ਤੁਹਾਡਾ ਪਿਛੋਕੜ ਪਿੰਡ ਕਿਹੜਾ ਹੈ? ਜੱਦੀ ਪਿੰਡ ਭੰਗੂ ਸਰਸੇ ਦੇ ਰਹਿਣ ਵਾਲੇ ਹੋ ਜਾਂ ਪਹਿਲਾਂ ਕਿਤੇ ਹੋਰ ਪਿੰਡ ਦੇ? ਪੰਜਾਬ ਦੇ ਵਿੱਚ ਪਿੰਡ ਭੀੜੀ ਵਾਲਾ ਹੈ, ਡੱਬ ਵਾਲੀ ਰੋਡ ਜਿਹੜਾ ਸੀ ਤੋਂ ਜਾਂਦਾ ਨਾ ਉਹ ਰੋਡ ਦੇ ਉੱਤੇ ਹੈ ਪਿੰਡ ਭੀੜੀ ਵਾਲਾ। ਉੱਥੋਂ ਸਾਨੂੰ ਅਸੀਂ 18-19 ਸਾਲ ਦਾ ਜਦੋਂ ਮੈਨੂੰ ਗਾਇਕੀ ਦਾ ਸ਼ੌਂਕ ਲੱਗਿਆ, ਮੇਰਾ ਭਰਾ ਕਾਕਾ ਸਿੰਘ ਜੀ ਉਹ ਉਸਤਾਦ ਜਮਲ ਜੱਟ ਦਾ ਸਿਰਦ ਸੀ, ਉਹਨਾਂ ਨੂੰ ਵੇਖ ਕੇ ਮੈਨੂੰ ਸ਼ੌਂਕ ਹੋ ਗਿਆ ਜੀ। ਅਸੀਂ ਫਿਰ ਇਕੱਠੇ ਉਹਨਾਂ ਕੋਲ ਜਾਇਆ ਕਰਦੇ ਸੀ ਅਤੇ ਉਸ ਸਮੇਂ ਹੀ ਸ਼ੌਂਕ ਲੱਗਿਆ ਜੀ। ਕਦੋਂ ਕਿਸ ਤਰ੍ਹਾਂ ਫਿਰ ਉਹ ਪਹਿਲਾਂ ਤੁਹਾਡਾ ਭਰਾ ਜਿਵੇਂ ਤੁਸੀਂ ਦੱਸਿਆ ਕਾਕਾ ਸਿੰਘ ਜਿਹੜਾ ਉਹ ਗੀਤ ਦਾ ਉਹਨਾਂ ਦਾ ਗਾਉਣ ਦਾ ਉਹਨਾਂ ਦਾ ਸ਼ੌਂਕ ਸੀਗਾ, ਉਹਨਾਂ ਨੂੰ ਵੀ ਸ਼ੌਂਕ ਕਿਵੇਂ ਪਿਆ, ਤੁਹਾਨੂੰ ਕਿਵੇਂ ਪਿਆ, ਜਾਂ ਤੁਹਾਡਾ ਪਿਛੋਕੜ ਹੈ ਜਿਹੜਾ ਉਹ ਗਾਇਕੀ ਦਾ ਕਿਤੇ ਨਾ ਕਿਤੇ ਕੋਈ ਰੱਖਦੇ ਸੀਗੇ ਸੰਬੰਧ ਗਾਇਕੀ ਨਾਲ? ਸਾਡਾ ਪਾਕਿਸਤਾਨ ਦੇ ਵਿੱਚ ਕਾਕਾ ਸਿੰਘ ਦੇ ਪਿਤਾ ਜੀ ਹੁੰਦਾ ਸਾਡਾ ਤਾਇਆ ਹੁੰਦਾ, ਉਹ ਮਿਰਜ਼ਾ ਗਾਉਂਦਾ ਸੀ ਅਤੇ ਲੋਕ ਪਹਿਲੇ ਨੰਬਰ 'ਚ ਨਾ ਮਿਰਜ਼ਾ ਉਹਦੇ ਵਰਗਾ ਕਿਸੇ ਨੇ ਗਾਇਆ ਨਹੀਂ, ਸਾਡੀ ਗੋਤ ਬਣ ਗਈ, ਸਾਨੂੰ ਮਿਰਜ਼ੇ ਵਾਲਾ ਕਹਿੰਦੇ। ਮਿਰਜ਼ੇ ਵਾਲਾ ਨਾਮ? ਹਾਂ ਮਿਰਜ਼ੇ ਵਾਲਾ, ਸਾਨੂੰ ਸਾਡੀ ਖਾਨਦਾਨੀ ਬਣ ਗਈ। ਉਸ ਤੋਂ ਬਾਅਦ ਪਾਕਿਸਤਾਨ 'ਚ ਉਹ ਸਰੀਰ ਛੱਡ ਗਿਆ, ਫਿਰ ਮਾਨਾ ਹੁੰਦਾ ਸੀ ਸਾਡਾ ਉਹੀ ਚਾਚੇ ਦਾ ਲੜਕਾ, ਉਹ ਗਾਉਂਦਾ ਰਿਹਾ। ਉਸ ਤੋਂ ਬਾਅਦ ਫਿਰ ਕਾਕਾ ਸਿੰਘ ਸ਼ੁਰੂ ਹੋ ਗਿਆ। ਸਾਡੀਆਂ ਇਹ ਤਿੰਨ ਪੀੜ੍ਹੀਆਂ ਚਾਰ ਹੋ ਗਈਆਂ ਸਾਨੂੰ, ਸਾਡੀ ਹੈ ਖਾਨਦਾਨੀ, ਇਹ ਨਹੀਂ ਵੀ ਨਵਾਂ ਸਿੱਖਿਆ, ਪਾਕਿਸਤਾਨ ਤੋਂ ਸਾਡੀ ਖਾਨਦਾਨੀ ਚੱਲੀ ਆਉਂਦੀ ਹੈ। ਉਹਨਾਂ ਨੂੰ ਵੇਖ ਕੇ ਅਤੇ ਫਿਰ ਮੈਂ ਪੀ ਟੀ ਵਾਲੇ ਮੈਨੂੰ ਸ਼ੌਂਕ ਹੋ ਗਿਆ,
मैं 18-19 साल का सी इसे काम मैनु शौक हो गया ता मैं गाउन लग्या जी। गायकी जी तुम गुड़ती च मिली हुई है बाद होर सवाल पुछांगे तो पहला एक तोड़े उस्ताद लाल चंद जौला जट दे जिहड़े बड़े मशहूर गीत होए सी सतगुर नानक मेरी लीला न्यारी है वो साडे दर्शकां नाल बोल है जिहड़े सांझे असीं सुणदे हुंदे सी सतगुर नानक तेरी लीला न्यारी है रीझा लाल वेंदी दुनिया सारी है। असीं उस्ताद नूं पुछदे जी मैं कहा गीत वो कहिंदा बूटा पिया उदों मेरे नाल ढोलक ते कल्ली तुंबी हुंदी सी ਹੋਰ ਸਾਜ ਮੇਰੇ ਨਾਲ ਕੋਈ ਨੀ ਸੀ। ਅੱਜ ਵੀ ਤੂੰਬੀ ਤੇ ਢੋਲਕ ਦੇ ਨਾਲ ਹੀ ਤੁਹਾਡੇ ਉਹ ਆਵਾਜ਼ ਜਿਹੜੀ ਸੁਣਨੀ ਹੈ ਦਰਸ਼ਕਾਂ ਨਾਲ ਤੁਹਾਨੂੰ ਗਾ ਕੇ ਬੋਲ ਸਾਂਝੇ ਕਰੋ। ਬਿਲਕੁਲ ਇਹ ਜਿੱਤਣ ਜਿੱਤਣ ਹਰ ਕੋਈ ਆਖੇ ਕਦੇ ਹਾਟ ਮਨ ਸਰੀਦਾ ਇਹ ਜਿੱਤਣ ਖੁਦਾ ਮੁੱਲ ਤੋੜੀ ਪੈਂਦਾ ਤੇ ਹਾਰਨ ਦਾ ਮੁੱਲ ਹੀਰਾ ਹੀਰ ਦਾ ਮੁੱਲ ਲੱਖ ਕਰੋੜਾ ਇਹ ਟੋਡੀ ਦਾ ਮੁੱਲ ਕਸੀਰਾ ਬੁੱਲੇ ਸ਼ਾਹ ਮੀਆਂ ਜੋ ਹਾਰ ਨਾ ਮੰਨੇ ਉਹ ਬੇ ਮੁਰਸ਼ਦ ਦੇ ਪੀਰਾ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ ਰੀਝਾਂ ਲਾਲਾ ਵੇਂਦੀ ਦੁਨੀਆ ਸਾਰੀ ਹੈ ਇਹ ਸਤਿਗੁਰੂ ਨਾਨਕ ਤੇਰੀ ਲੀਲਾ ਨਿਆਰੀ ਹੈ ਰੀਝਾਂ ਲਾਲਾ ਵੇਂਦੀ ਦੁਨੀਆ ਸਾਰੀ ਹੈ ਇਹ ਫੁੱਲ ਬਲੇਖੇ ਮੁੜ ਕੇ ਫੇਰਾ ਪਾ ਜਾਵੀ ਵਾਜੀ ਵਾਹ ਬੂਟਾ ਸਿੰਘ ਜੀ ਬਾਕੀ ਜਿਹੜੇ ਗੀਤ ਰੇਡੀਓ ਤੇ ਸੁਣਦੇ ਹੁੰਦੇ ਸੀ ਉਸਤਾਦ ਲਾਲ ਚੰਦ ਜੌਲਾ ਜੱਟ ਜੀ ਦੇ ਉਸਤਾਦ ਯਾਦ ਹੈ ਜਿਹੜੀ ਅੱਜ ਤਾਜ਼ਾ ਕਰਵਾ ਦਿੱਤੀ ਹੈ ਗੱਲਾਂ ਦਾ ਸਿਲਸਿਲਾ ਸ਼ੁਰੂ ਕਰਦੇ ਆ ਅੱਗੇ ਕਿ ਉਮਰ ਕਿੰਨੀ ਹੋ ਗਈ ਹੈ ਤੁਹਾਡੀ? ਸਾਡੀ ਉਮਰ ਹੋ ਗਈ ਹੈ ਜੀ 70 ਸਾਲ। ਅਸੀਂ ਇੱਥੇ ਜਦੋਂ ਆਏ ਨਾ 70 ਸਾਲ ਚ ਆਏ ਆ 70 ਸਾਲ ਦੇ ਵਿੱਚ ਅਸੀਂ ਜਦੋਂ ਦਾ ਲੱਗਿਆ ਉਦੋਂ ਮੈਂ 18-19 ਸਾਲ ਦਾ ਜਦੋਂ ਮੈਂ ਇਸ ਗਾਇਕੀ ਚ ਲੱਗਿਆ ਮੈਨੂੰ ਸ਼ੌਂਕ ਲੱਗਿਆ ਮੈਂ ਹਟਿਆ ਨੀ ਮੇਰੀ 70 ਸਾਲ ਦੀ ਉਮਰ ਹੋ ਗਈ ਮੈਂ ਇਸੇ ਕੰਮ ਨੂੰ ਲੱਗ ਰਿਹਾ ਜਿੰਨੇ ਗੀਤ ਹੈ ਮੈਨੂੰ ਉਸਤਾਦ ਦੀ ਕਲਾ ਦੇ ਵਿੱਚ ਇੰਨਾ ਅਸਰ ਲੱਗਿਆ ਮੈਂ ਦੂਜਿਆਂ ਦਾ ਘੱਟ ਗਾ ਕੇ ਰਾਜੀ ਹਾਂ ਉਹਦੇ ਤੂੰਬੀ ਵਾਲਾ ਕੰਮ ਮੈਂ ਨੀ ਆਪਦੀ ਜ਼ਿੰਦਗੀ ਪਰ ਨਾ ਛੱਡਣਾ ਤੇ ਨਾ ਮੈਂ ਛੱਡੂੰਗਾ। ਗਾਇਕੀ ਦੇ ਉਸਤਾਦ ਜਿਹੜੇ ਲਾਲ ਚੰਦ ਜੌਲਾ ਜੱਟ ਜੀ ਆ ਉਹਨਾਂ ਨਾਲ ਤੁਹਾਡੀ ਮੁਲਾਕਾਤ ਕਿਸ ਤਰ੍ਹਾਂ ਹੋਈ ਕਿਵੇਂ ਸਬੱਬ ਬਣਿਆ ਉਹਨਾਂ ਦੀ ਸ਼ਾਗਿਰਦੀ? ਉਹਨਾਂ ਨਾਲ ਐਂ ਮੁਲਾਕਾਤ ਹੋ ਗਈ ਸਾਡੇ ਮੌਜਗੜ੍ਹ ਹੈ ਡੱਬ ਵਾਲੀ ਦੁਕੋਲੇ ਉਹਨਾਂ ਨੇ ਉਹਨਾਂ ਦੀ ਲੜਕੀ ਗਾਉਣ ਵਾਸਤੇ ਜਾਣਾ ਸੀ ਸਾਡੀ ਉਹਨਾਂ ਨਾਲ ਨਾ ਬਹੁਤ ਆਉਣ ਜਾਣ ਸੀਗਾ ਉਹਨਾਂ ਸਾਨੂੰ ਵਿਆਹ ਦੇ ਉੱਤੇ ਪ੍ਰੋਗਰਾਮ ਤੇ ਸੱਦਿਆ ਸੀ ਮੈਨੂੰ ਤੇ ਕਾਕੇ ਨੂੰ ਫਿਰ ਮੈਂ ਉਹਨਾਂ ਨੂੰ ਪੁੱਛਿਆ ਜੀ ਮੈਂ ਕਿਹਾ ਪ੍ਰੇਮੀਓ ਕਿੱਥੇ ਜਾਓਗੀ ਬਰਾਤ ਆ ਉਹ ਕਹਿੰਦੇ ਅਸੀਂ ਲੜਕੀ ਜਮਲੇ ਜੱਟ ਦੀ ਵਿਆਹ ਕੇ ਲਿਆਵਾਂਗੇ ਉਹਨੇ ਸਿੱਧਾ ਐਂ ਸੁਣਾਇਆ ਮੈਂ ਕਿਹਾ ਯਾਰ ਇਸ ਤਰ੍ਹਾਂ ਕਿਵੇਂ ਚੜ ਗਿਆ ਆਹੋ ਫਿਰ ਦੁਬਾਰੇ ਪੁੱਛਿਆ ਮੈਂ ਕਿਹਾ ਕਿਹਦੀ ਲੜਕੀ ਜਾ ਕਹਿੰਦਾ ਅਸੀਂ ਬਰਾਤ ਜਾਵਾਂਗੇ ਲੁਧਿਆਣੇ ਜਮਲੇ ਜੱਟ ਦੀ ਲੜਕੀ ਵਿਆਹ ਕੇ ਲਿਆਵਾਂਗੇ ਸਾਨੂੰ ਇੰਨੀ ਖੁਸ਼ੀ ਹੋ ਗਈ ਉਹਨਾਂ ਨੂੰ ਵਿਆਹ ਦੀ ਖੁਸ਼ੀ ਤੇ ਸਾਨੂੰ ਦਰਸ਼ਨ ਕਰਨ ਦੇ ਅਸੀਂ ਪਹਿਲੇ ਉਹਦਾ ਦਰਸ਼ਨ ਨਹੀਂ ਕੀਤਾ ਜੀ ਫਿਰ ਜਾ ਕੇ ਅਸੀਂ ਜਦੋਂ ਗਏ ਸਾਡੇ ਚੌੜੇ ਕੱਟੇ ਹੋਏ ਲੋਕ ਆ ਸਨ ਸਾਰੇ ਉਹਦੇ ਤੈਨੂੰ ਪਤਾ ਵੀ 18 ਪੰਡਾਂ ਚੇਲਿਆਂ ਦੀ ਅਸੀਂ ਸਾਨੂੰ ਕਹਿੰਦੇ ਲੈ ਉਸਤਾਦ ਦੇ ਘਰੇ ਵੀ ਟੋਰੇ ਕੱਢ ਕੇ ਆਏ ਨੇ ਪਰ ਸਾਡੀ ਖਾਨਦਾਨੀ ਸਾਨੂੰ ਦੱਸਿਆ ਸੀ ਵੀ ਕਿੱਥੇ ਵੀ ਜਾਓ ਬਿਲਕੁਲ ਝਿਪਣਾ ਨੀ ਚਾਹੇ ਕੋਈ ਵੱਡਾ ਹੋਵੇ ਚਾਹੇ ਛੋਟਾ ਹੋਵੇ ਅਸੀਂ ਗਏ ਜੀ ਅਸੀਂ ਜਾ ਮਿਲ ਸਾਨੂੰ ਉਹਨਾਂ ਨੂੰ ਵਿਆਹ ਲੈ ਵਿਆਹ ਦੀ ਖੁਸ਼ੀ ਸਾਨੂੰ ਉਸਤਾਦ ਦੀ ਖੁਸ਼ੀ ਦੇਖਣ ਵਾਸਤੇ ਉਸਤਾਦ ਨੂੰ ਯਾਦ ਮਿਲੇ ਫਿਰ ਸਾਡੇ ਕੋਲ ਉਹਨਾਂ ਨੇ ਗੀਤ ਸੁਣਿਆ ਅਸੀਂ ਉਸਤਾਦ ਦਾ ਗੀਤ ਗਾਇਆ
ਬੜਾ ਸ਼ੌਕ ਨਾਲ ਤੁਸੀਂ ਉਹ ਧਿਆਨ ਦੇਣਾ ਸੁਣ ਲਓ। ਤੇ ਮੈਂ ਤੇਰੀ ਤੂੰ ਮੇਰਾ ਛੱਡਣਾ ਜਾਵੀ ਰੇ ਜੋ ਅਲੜ ਪਲੇ ਚਲਾਈਆਂ ਤੋੜਨ ਵਾਲੀ ਰੇ ਤੇ ਮੈਂ ਤੇਰੀ ਤੂੰ ਮੇਰਾ ਹੰਸ ਹੰਸ ਨੀ ਵਾਂਗੂ ਚੰਨਾ ਤੇਰਾ ਮੇਰਾ ਜੋੜਾ ਤੇਰੇ ਬਾਜੋ ਛੋੜ ਕੇ ਕੋਰੀ ਤੂੰ ਸਾਂਭ ਛੋੜਾ ਲਾਇਓ ਅੱਖੀਆਂ ਤੋਂ ਓਲੇ ਦੂਰ ਨ ਜਾਵੀ ਰੇ ਜੋ ਅਲੜ ਪਲੇ ਚੰਦਾਈਆਂ ਤੋੜਨ ਵਾਵੀ ਰੇ ਤੇ ਮੈਂ ਤੇਰੀ ਤੂੰ ਮੇਰਾ ਬੋਲਣਾ ਕੀ ਏ ਇਹਨਾਂ ਕੋਈ ਪਰਵਾਹੀ ਨੀ ਸਮਝੀ ਸਾਨੂੰ ਸਿਰਫ ਉਸਤਾਦ ਦੀ ਖੁਸ਼ੀ ਨਾਲ ਤਾਂ ਅਸੀਂ ਗੀਤ ਗਾਇਆ ਇੱਕੋ ਗੀਤ ਗਾ ਕੇ ਲੋਕ ਆਖਿਰ ਦੁਬਾਰੇ ਗਾਓ ਮੈਂ ਕਿਹਾ ਨਾ ਜੀ ਅਸੀਂ ਦਰਸ਼ਨ ਮੇਲੇ ਕਰਨ ਵਾਸਤੇ ਆਏ ਹਾਂ ਉਸਤਾਦ ਦੇ ਫਿਰ ਸਮਾਂ ਦੇਖਾਂਗੇ ਬਹੁਤ ਖੁਸ਼ੀ ਨਾਲ ਫਿਰ ਅਸੀਂ ਜਾ ਕੇ ਉਸਤਾਦ ਦੇ ਪੈਰ ਫੜੇ ਉਹ ਕਹਿੰਦਾ ਕੋਈ ਨੀ ਵਿਆਹ ਸ਼ਾਦੀ ਹੋ ਜਾਂਦੇ ਹੋ ਬਾਅਦ ਮੈਂ ਇੱਕ ਦੋ ਦਿਨਾਂ ਬਾਅਦ ਤੁਸੀਂ ਆਇਆ ਜੇ ਜਿਹਨੇ ਹਾਲੀ ਕਹਿੰਦਾ ਹਾਲੀ ਨਿਕਲਿਆ ਹੁੰਦਾ ਨਾ ਉਹਨੂੰ ਮਾੜੀ ਜਿਹੀ ਠੁਣਕ ਲਾ ਹੁੰਦੇ ਨਾ ਉਹ ਆਪੀ ਸੰਭਲ ਜਾਂਦਾ ਹੈ ਅਸੀਂ ਦੇਖ ਲਈ ਤਾਂ ਮੈਨੂੰ ਤਾਂ ਕਾਕੇ ਨੂੰ ਉਹ ਬਿਲਕੁਲ ਥੱਲੇ ਬਹਾ ਕੇ ਫਿਰ ਉਹ ਕੋਰਸ ਕਰਾਉਂਦਾ ਸੀ ਉਹ ਕਹਿੰਦਾ ਬਹੁਤ ਸਾਡੇ ਨਾਲ ਇੰਨਾ ਅੱਜ ਤੱਕ ਮਰਦੇ ਤਾਈ ਉਹਦਾ ਪਿਆਰ ਰਿਹਾ ਕਿੰਨੇ ਸਾਲ ਉਹਨਾਂ ਨਾਲ ਉਹਨਾਂ ਦੀ ਸੇਵਾ ਕਰਦੇ ਅਸੀਂ 35-36 ਸਾਲ ਸੇਵਾ ਕੀਤੀ ਜੀ ਅਸੀਂ ਮੁੱਠੀਆਂ ਭਰਦੇ ਇਹ ਨੀ ਬਣਾਉਟੀ ਗੱਲ ਕਰਦਾ ਸਿਰਫ ਕੋਲੇ ਜਾ ਕੇ ਮੁੱਠੀਆਂ ਭਰਦੇ ਸੀ ਗੱਲਾਂ ਬਾਤਾਂ ਕਰਦੇ ਸਾਥੋਂ ਦਾਲ ਸਬਜ਼ੀ ਮੰਗਾਉਂਦੇ ਸੀ ਚਵਾਲੇ ਚ ਰਹਿੰਦਾ ਸੀ ਨਾਲ ਉਹਦੀ ਮਹਿੰਦਰ ਸਿੱਖ ਉਗਾਉਂਦੀ ਸੀ ਬਹੁਤ ਪਿਆਰ ਦੀਆਂ ਅਸੀਂ ਗੱਲਾਂ ਪੁੱਛਦੇ ਸੀ ਵੀ ਆਹ ਗੀਤ ਕਿਵੇਂ ਜੀ ਮੈਂ ਤੇਰੀ ਤੂੰ ਮੇਰਾ ਛੱਡਣਾ ਜਾਂਦੀ ਉਹ ਕਹਿੰਦਾ ਬੂਟਿਆ ਇਹ ਦੋਨੇ ਪਾਸੇ ਲੱਗਦੀ ਹੈ ਵੀ ਮੁੰਡੇ ਢਾਣੀ ਰੱਖਣਗੇ ਮੈਂ ਤੇਰੀ ਤੂੰ ਮੇਰਾ ਛੱਡਣਾ ਜਾਵੀ ਵੇ ਜਿਹੜੀ ਰੂਹ ਹੈ ਨਾ ਇਹ ਬੁੱਤ ਨੂੰ ਕਹਿੰਦੀ ਹੈ ਤੂੰ ਮੈਨੂੰ ਛੱਡ ਕੇ ਨਾ ਜਾਵੀ ਇਹ ਸਿਆਣਸ ਵਾਸਤੇ ਵੀ ਹੈ ਇਹ ਦੋਵੇਂ ਮਿਲਾ ਕੇ ਗੀਤ ਫਿਰ ਸਾਨੂੰ ਸਮਝਾਉਂਦਾ ਸੀ ਵੀ ਤਾਂ ਮੈਨੂੰ ਲੋਕ ਜਮਲਾ ਜੱਟ ਕਹਿੰਦੇ ਆ ਪਰ ਮੈਂ ਜੇ ਖਾਲੀ ਹਾਂ ਲੋਕ ਮੇਰਾ ਥੋੜਾ ਬਹੁਤ ਗਾ ਲੈਣ ਤੇ ਕਹਿੰਦਾ ਮੇਰੇ ਵਰਗਾ ਕੋਈ ਜੰਮਿਆ ਹੀ ਕੋਈ ਨਹੀਂ ਉਹ ਐਂ ਕਹਿੰਦਾ ਸੀ ਮੈਂ ਬੂਟਾ ਜਿਹਾ ਜੀ ਕੋਈ ਮੈਂ ਖਾਲੀ ਹਾਂ ਅਸੀਂ ਕਹਿੰਦਾ ਵਾਹ ਜੀ ਦਾ ਕਿੱਡੀ ਕਲਾ ਹੈ ਤੇ ਅਜੇ ਵੀ ਮਾਨ ਨਹੀਂ ਕਰਦਾ ਇਹਦੇ ਕੋਲ ਕਲਾ ਬਹੁਤ ਜ਼ਿਆਦਾ ਸੀ ਬਹੁਤ ਦੇਖ ਕੇ ਉਹਨੂੰ ਖੁਸ਼ ਹੁੰਦੇ ਸੀ ਮੁੱਠੀਆਂ ਭਰ ਕੇ ਉਹਦੀ ਸੇਵਾ ਲਈ ਹੈ ਉਹਨਾਂ ਦੇ ਨਾਲ ਫਿਰ ਪ੍ਰੋਗਰਾਮ ਸਟੇਜਾਂ ਤੇ ਜਾਂਦੇ ਰਹੇ ਉਹਨਾਂ ਪ੍ਰੋਗਰਾਮਾਂ ਤੇ ਅਸੀਂ ਨਹੀਂ ਜਾਂਦੇ ਰਹੇ ਫਿਰ ਉਹ ਸੇਵਾ ਕਰੇ ਸਾਨੂੰ ਜਲੰਧਰ ਭੇਜਿਆ ਜੀ ਛੋਟੇ ਰੇੜੀਆਂ ਤੇ ਮੈਨੂੰ ਤਾਂ ਕਾਕੇ ਨੂੰ ਰੇਡੀਓ ਸਟੇਸ਼ਨ ਰੇਡੀਆ ਹਾਂ ਰਿਕਾਰਡਿੰਗ ਹੋਈ ਤੁਹਾਡੇ ਗੀਤ ਹਾਂ ਉੱਥੇ ਹੋਈ ਆਪਦਾ ਗੀਤ ਗਾਇਆ ਜਾਂ ਨਹੀਂ ਉਹ ਸਾਨੂੰ ਕਹਿੰਦਾ ਵੀ ਤੁਸੀਂ 10 ਗੀਤ ਸੁਣਾਉਣੇ ਆ ਸੱਸੀ ਪੁੰਨੂ ਹੀਰ ਰਾਂਝਾ ਇਹ ਜਿਹੜਾ ਆਸ਼ਕਾਸ਼ ਨਾ ਉਹਨਾਂ ਦੇ ਉਹ ਇੱਕ ਇੱਕ ਕੜੀ ਸਾਨੂੰ ਕਮਰੇ ਦੇ ਵਿੱਚ ਆਪ ਅਫਸਰ ਦੂਜੇ ਪਾਸੇ ਬਹਿੰਦੇ ਸੀ ਚਾਰ ਜਣੇ ਸਾਥੀ ਸੀ ਫਿਰ ਸਾਥੋਂ ਇੱਕ ਇੱਕ ਕੜੀ ਸੁਣ ਕੇ ਸਾਨੂੰ ਪਾਸ ਕਰ ਲਿਆ ਜੀ ਉਸ ਤੋਂ ਬਾਅਦ ਫਿਰ ਟੈਲੀਵਿਜ਼ਨ ਤੇ ਫਿਰ ਹੁਣ ਸਾਨੂੰ ਦੁਬਾਰੇ ਫੇਰਿਆ ਸੀ 7 ਬੰਦੇ ਸਾਜੀ ਗਏ ਜਲੰਧਰ ਦੂਰਦਰਸ਼ਨ ਜਲੰਧਰ ਜਲੰਧਰ ਹਾਂ ਦੂਰਦਰਸ਼ਨ ਤੇ ਵੀ ਹਾਂ ਦੂਰਦਰਸ਼ਨ ਤੇ ਵੀ ਗਾਇਆ ਹੁਣ ਅੱਜ ਕੱਲ੍ਹ ਕਾਕਾ ਸਿੰਘ ਚੱਕੋ ਪੈਰ ਮੈਂ 15 ਸਾਲ ਹੋ ਗਿਆ ਹੁਣ ਲੋਕ ਸੇਵਕ ਵਿਭਾਗ ਚ ਮੇਰੀ ਡਿਊਟੀ ਲੱਗ ਗਈ ਉਹ ਦੂਰਦਰਸ਼ਨ ਤੇ ਜਾਂਦਾ ਰਿਹਾ ਮੈਨੂੰ ਬਹੁਤ ਆਰੀ ਕਹਿੰਦਾ ਪਰ ਮੈਨੂੰ ਇੱਧਰ ਲੋਕ ਸੇਵਕ ਵਿਭਾਗ ਵਾਲੇ ਇਹ ਨਹੀਂ ਛੱਡਦੇ ਨਹੀਂ ਮੈਂ ਨਾਲ ਜਾਂਦਾ ਹੁੰਦਾ ਹਰ ਵਕਤ ਹੀ ਸਟੇਜਾਂ ਤੇ ਉਸ ਤੋਂ ਬਾਅਦ ਵੀ ਤੁਸੀਂ ਕੋਈ ਤੁਹਾਡੇ ਭਾਈ ਨਾਲ ਪ੍ਰੋਗਰਾਮ ਕੋਈ ਕਰਦੇ ਹੈਗੇ ਸਟੇਜਾਂ ਦੇ ਬੇਅੰਤ ਦਿੱਲੀ ਦੇ ਵਿੱਚ ਮੇਰਾ ਗੀਤ ਇੱਕ ਆਇਆ ਇਹ ਲੱਗਦੀ ਟੋਰ ਪਿਆਰੀ ਗੁਰੂ ਜੀ ਤੇ ਲੱਗਦੀ ਟੋਰ ਪਿਆਰੀ
ਉਹ ਚਿਟਕਾਲੇ ਕਹਿੰਦੇ ਸੀ ਬਈ ਇਹਦੀ ਆਵਾਜ਼ ਚ ਨਾ ਇੱਕ ਗੀਤ ਇੱਕ ਗਾਣੇ ਦੇ ਨਾਲ ਖਰੇ ਕਰੋੜਾਂ ਰੀਤ ਚੱਲੀ ਹੈ, ਫਿਰ ਭੁੱਲ ਕੇ ਸ਼ਰਾਬ ਨਾ ਟੁੱਟੀ ਇੱਕ ਇਹ ਉਹਦੇ ਉਹਨੇ ਜਿਹੜੇ ਚ ਇਹਨਾਂ ਦੇ ਗੀਤਾਂ ਦੀ ਬਹੁਤ ਨਾਜ਼ਰ ਹੈਗਾ ਇੱਥੇ ਸਰਸੇ ਦੇ ਵਿੱਚ, ਉਹ ਲਵਲੀ ਵਾਲਾ ਮੇਰੇ ਖੁਦ ਘਰੇ ਰੀਲ ਭਰ ਕੇ ਗਿਆ ਘਰੇ ਧਾਰਮਿਕ ਗੀਤ ਲੋਕ ਗੀਤ ਨਾ ਧਾਰਮਿਕ ਜਿਹੜੇ ਤੁੰਬੀ ਆ ਤੁਹਾਡੇ ਅੱਜ ਤਾਂ ਵੈਸੇ ਇਹ ਇੰਸਟਰੂਮੈਂਟ ਲੁਪਤ ਹੋ ਗਿਆ, ਸਾਜ ਬਹੁਤ ਜ਼ਿਆਦਾ ਹੋ ਗਏ, ਇਹ ਉਦੋਂ ਦੀ ਹੈ ਤੁਹਾਡੇ ਜਾਂ ਉਸਤਾਦ ਨੇ ਦਿੱਤੀ ਹੈ? ਇਹ ਸ਼ੁਰੂ ਤੋਂ ਜਦੋਂ ਮੈਂ 18-19 ਸਾਲ ਦੇ ਉਦੋਂ ਤੁੰਬੀ ਮੇਰੇ ਲਈ ਛੋਟੀ ਜਿਹੀ ਹੋਰ ਹੁੰਦੀ, ਪਰ ਮੈਂ ਤੁੰਬੀ ਤੋਂ ਬਗੈਰ ਗਾਇਕੀ ਨਹੀਂ ਕਰੀ ਜੀ, ਇਹ ਤੁੰਬੀ ਮੇਰੇ ਇੰਨੀ ਪਸੰਦ ਲੱਗੀ ਅੱਜ ਤੱਕ ਮੈਂ ਤੁੰਬੀ ਦੇ ਬਗੈਰ ਮੈਨੂੰ ਗਾਇਕਾਰੀ ਉਤਰਦੀ ਨਹੀਂ। ਕਿੰਨੇ ਸਾਲ ਪੁਰਾਣੀ ਇਹ? ਤੂੰ ਹਿਸਾਬ ਵਾਲੇ ਵੀ 65 ਸਾਲ ਸੀ ਜਦੋਂ ਦੀ ਇਹ ਤੁੰਬੀ ਦੇ ਹੱਥ ਦੇ ਵਿੱਚ ਜਮਣੇ ਜੱਟ ਦਾ ਹੱਥ ਲੱਗਿਆ ਹੋਇਆ ਤੁੰਬੀ ਦਾ, ਤੇ ਇਹੋ ਜਿਹੀ ਤੁੰਬੀ ਉਹਦੀ ਜੀ ਲੋਕ ਸਾਰੇ ਕਹਿੰਦੇ ਯਾਰ ਇਹੋ ਜਿਹੀ ਜਮਣੇ ਦੀ ਤੂੰ ਇਹ ਲਈ ਕਿਵੇਂ ਫਿਰਦਾ ਇੰਨੇ ਸਾਲ, ਇੰਨੇ ਚਿਰ ਬੰਦਾ ਨਹੀਂ ਹੰਡਦਾ ਤੇ ਤੂੰ ਤੁੰਬੀ ਸੰਭਾਲੀ ਫਿਰਦਾ। ਜਿਹੜਾ ਸਾਜ ਦੀ ਕੋਰਸ ਕਰੂਗਾ ਉਹ ਹਰ ਵਕਤ ਗੁਣ ਗਾਊਗਾ ਜੀ, ਮੈਂ ਸਾਜ ਦੀ ਇੰਨੀ ਕੋਰਸ ਮੈਂ ਆਪ ਦੀ ਕੋਰਸ ਕੱਟ ਕਰਦਾ, ਸਾਜ ਨੂੰ ਪੂਰਾ ਸੰਭਾਲ ਕੇ ਰੱਖਦਾ। ਉਦੋਂ ਤੁੰਬੀ ਹੈ ਵੇਲਾ ਕਿੰਨੇ ਸਾਲ ਹੋ ਗਏ ਨੇ ਮੈਨੂੰ, ਉਦੋਂ 18-19 ਸਾਲ ਦਾ ਉਦੋਂ ਮੈਨੂੰ ਤੁੰਬੀ ਨੂੰ ਲਈ ਫਿਰਦਾ। ਤੁੰਬਾ ਕਿਸੇ ਕੋਲ ਲੋਕਲ ਤੁੰਬੀ ਹੈ ਨਾ ਛੋਟੀ ਤਿੱਖੀ ਆਵਾਜ਼ ਕਰ ਲੈਂਦੇ ਆ, ਪਰ ਇਹ ਜੋ ਜਾਂ ਜਮਲੇ ਦੇ ਤੁੰਬੀ ਮੈਂ ਹੱਥ ਨਾਲ ਵਜਾਈ ਹੈ ਉਹਦੇ ਉਦੋਂ ਦੀ ਇਹ ਕੋਈ ਚੀਜ਼ ਆ ਜੀ, ਤਾਂ ਮੈਨੂੰ ਸ਼ੌਕ ਲੱਗਿਆ। ਹਾਂ ਕਲਾਕਾਰੀ ਅਸੀਂ ਬਹੁਤ ਕਰ ਰਹੇ ਹਾਂ, ਫਿਰ ਮੇਰਾ ਮੈਨੂੰ ਲੋਕ ਚੇਤਕਾਲੇ ਬਹੁਤ ਕਹਿੰਦੇ ਵੀ ਤੂੰ ਰਿਕਾਰਡ ਕਰਾ ਦੇ ਮੇਰਾ ਮੌਕਾ ਨਹੀਂ ਮਿਲਿਆ, ਕਿਉਂਕਿ ਵੀਰ ਨਾਲ ਮੇਰੀ ਯਾਦ ਗਾਉਣ ਵਾਲਾ ਮੈਂ ਕੰਮ ਛੱਡਿਆ ਨਹੀਂ, ਸ਼ੌਕ ਹਜੇ ਪੂਰਾ ਸ਼ੌਕ ਪੂਰਾ ਮੈਨੂੰ ਹੋਰ ਤੰਦੇ ਤੰਦੇ ਜੀ ਨਹੀਂ, ਮੈਨੂੰ ਇਕੱਲੇ ਗਾਉਣ ਦਾ ਸ਼ੌਕ ਹੈ। ਅੱਜ ਲੋਕ ਅਸੀਂ ਵੇਲੇ ਅੰਮ੍ਰਿਤਸਰ ਤੋਂ ਪਰੇ ਤਿਕਰ ਇਹਦੇ ਦਿੱਲੀ ਤਿਕਰ ਗੰਗਾਨਗਰ ਤਿਕਰ ਬੀਕਾਨੇਰ ਤਿਕਰ ਸਾਰੇ ਏਰੀਏ 'ਚ ਅਸੀਂ ਕੋਈ ਬਲਿਆਦਰੀ ਹੈ ਹਰੇਕ ਬਲਿਆਦਰੀ ਦੇ ਵਿੱਚ ਅਸੀਂ ਗਏ ਹਾਂ, ਮੇਰੀ ਜਾਣਕਾਰੀ ਹੈ। ਮੈਂ ਬਚਪਨ ਤੋਂ ਦੇਸ਼ ਪ੍ਰਦੇਸ਼ ਘੁੰਮਿਆ, ਸਿਰਫ ਗਾਇਕਾਰੀ ਦੇ ਵਿੱਚ ਮੈਂ ਉਮਰ ਗਾ ਰਿਹਾ, ਤਾਂ ਮੈਂ ਇਸ ਤੋਂ ਬਗੈਰ ਮੈਨੂੰ ਹੋਰ ਕੁਛ ਚੀਜ਼ ਚੰਗੀ ਨਹੀਂ ਲੱਗਦੀ। ਚਲੋ ਇੱਕ ਟਾਪਾ ਜਿਹੜਾ ਹੈਗਾ ਜੈਮਲ ਫੱਤੇ ਦਾ ਉਹ ਸਾਡੇ ਦਰਸ਼ਕਾਂ ਨਾਲ ਸਾਂਝਾ ਕਰੋ। ਹਾਂ ਸੁਣਾ ਦਿੰਦੇ ਹਾਂ ਜੀ। ਜੈਮਲ ਫੱਤਾ ਅਕਬਰ ਬਾਦਸ਼ਾਹ ਬੜਾ ਇੱਕ ਜਿਹੜਾ ਕੋਈ ਜਿਹਦੇ ਕੋਈ ਲੜਕੀ ਵੇਖ ਲੈਂਦਾ ਸੀ ਨਾ ਤੇ ਬੜੇ ਰੋਹਬ ਨਾਲ ਉਹਦਾ ਸਾਗ ਉਹਦਾ ਕੋਈ ਆਦਤ ਹੀ ਇਹੋ ਜਿਹੀ ਸੀ, ਤੇ ਉਸ ਸਮੇਂ ਦੇ ਵਿੱਚ ਜੈਮਲ ਫੱਤਾ ਵੀ ਆਪਦੇ ਉਮਰ ਚ ਘੁਮਾਉਂਦੇ ਵੀ ਸਾਨੂੰ ਜੈਮਲ ਫੱਤਾ ਆਖਦੇ ਸੂਰਮੇ ਸੀ ਪੂਰੇ ਜ਼ੋਰ ਦੇ। ਅਕਬਰ ਜੈਮਲ ਨੂੰ ਸੱਦ ਕੇ ਅਖਬਾਰ ਚ ਕੀ ਕਹਿੰਦਾ ਵੀ ਆਪਦੀ ਲੜਕੀ ਦਾ ਮੈਨੂੰ ਡੋਲਾ ਦੇ ਦੇ, ਤੇ ਘਰੇ ਜਾ ਕੇ ਗੱਲ ਕੀਤੀ। ਜਿਹੜਾ ਫੱਤਾ ਜੈਮਲ ਸੀ ਨਾ ਜਿਹੜਾ ਫੱਤਾ ਸੀ ਉਹ ਥੋੜਾ ਅਣਕੜ ਜ਼ਿਆਦੇ ਸੀ, ਉਹ ਕਹਿੰਦਾ ਜੈਮਲਾ ਜਦੋਂ ਧੀ ਦਾ ਡੋਲਾ ਮੰਗਿਆ ਸੀ ਉਦੋਂ ਸਾਂ ਕਿਉਂ ਨਾ ਉਠਾਈ, ਮੈਂ ਤੇਰੇ ਕੋਲੇ ਹੁੰਦਾ ਤੈਨੂੰ ਅੱਗੇ ਵਾਸਤੇ ਵੱਲ ਬਣਾ ਲੈਂਦਾ। ਲਓ ਜੀ ਉਹਨਾਂ ਦੀ ਤੁਹਾਡੀ ਸੇਵਾ ਚ ਅਸੀਂ ਸੁਣਾਉਂਦੇ ਹਾਂ ਕਿਸ ਤਰ੍ਹਾਂ ਦੀ ਕਹਾਣੀ ਚੱਲੀ ਹੈ। ਅਕਬਰ ਬਾਦਸ਼ਾਹ ਫਤ ਜੈਮਲ ਨੂੰ ਦਰਬਾਰ ਆਖੇ ਅਕਬਰ ਬਾਦਸ਼ਾਹ ਫਤ ਜੈਮਲ ਨੂੰ ਦਰਬਾਰ ਹੱਥ ਨੂੰ ਉੱਚੇ ਉਹਦੇ ਲਾ ਦਿਆ, ਤੈਨੂੰ ਉੱਚੇ ਉਹਦੇ ਲਾ ਦਿਆ ਫੌਜ ਰਸ ਪਾਸ ਲਾਰ ਤੈਨੂੰ ਕਰ ਸਲਾਮਾ ਜੈਲਵਾ ਤੈਨੂੰ ਮੁਗਲ ਕਰ ਸਤਕਾਰ ਤੇ ਤੂੰ ਡੋਲਾ ਆਪਣੀ ਧੀ ਦਾ, ਤੂੰ ਡੋਲਾ ਆਪਣੀ ਧੀ ਦਾ ਤੇ ਪਹਿਲੀ ਬਣੇ ਚੰਗਾਰੋ ਹਜ਼ਾਰੋ ਅੱਗੋ ਜੈਵਲ ਬੋਲਦਾ ਯਾਰੋ ਅੱਗਿਓ ਜੈਮਲ ਬੋਲਦਾ ਅਕਬਰ ਨੂੰ ਲਲਕਾਰ ਉਹ ਗੱਲ ਸੁਣ ਲੈ ਅਕਬਰ ਬਾਦਸ਼ਾਹ ਉਹ ਗੱਲ ਸੁਣ ਲੈ ਅਕਬਰ ਬਾਦਸ਼ਾਹ ਦੇ ਜੈਮਲ ਸੱਚ ਉਚਾਰ ਤੇਰੀ ਜਾਤੀ ਹੈ ਮੁਸਲਮਾਨ
ਸੂਤ ਕਰਦਾ ਉਹ ਕਿਵੇਂ ਤੀਦਾ ਡੋਲਾ ਦੇ ਦੀਏ डोला दे दिए तू हाथ गलू मार ले तिया तेनू दे जेड़े तिया तेनू दे गए ओह राजपूत करतार तेरा पैर पवाए मैलना ओ तेरा पैर पवाए मैलना पवे टोटे कदे चार तेरा पैर पवाइए मैं पवे टूटे कर दे चारो असी बच्चे येरी नाग दे असी बच्चे येरी नाग दे है अगदे यार सानू जैवल फटा याग दे बूटा सिंह जी ਚਮਲਾ ਜੱਟ ਉਸਤਾਦ ਦੀ ਜਿਹੜੀ ਸ਼ਗਿਰਦੀ ਚ ਰਹਿ ਕੇ ਬਹੁਤ ਵੱਡੇ ਕਲਾਕਾਰਾਂ ਨੇ ਮੁਕਾਮ ਹਾਸਲ ਕੀਤਾ ਹੈ, ਕਿੱਥੇ ਕਮੀ ਰਹਿ ਗਈ ਹੈ ਕਿ ਜੀ ਤੁਸੀਂ ਉਹਨਾਂ ਦੇ ਸ਼ਗਿਰਦ ਹੁੰਦੇ ਵੀ ਉਹ ਮੁਕਾਮ ਹਾਸਲ ਨਹੀਂ ਕੀਤਾ? ਐਂ ਗੱਲ ਹੋ ਗਈ ਜੀ, ਮੇਰੀ ਕਬੀਲਦਾਰੀ ਸੀ ਜ਼ਿਆਦੇ, ਛੇਵੇਂ ਬਿਲਕੁਲ ਥੋੜੀ ਜਿਹੀ ਸੀ ਵੀ ਛੇ ਕੁੜੀਆਂ ਸੀ, ਤਿੰਨ ਲੜਕੇ ਸੀ ਤੇ ਦੋ ਮੇਰੀਆਂ ਔਰਤਾਂ ਸੀ। ਮੈਨੇ ਇਹਨਾਂ ਕੰਮਾਂ 'ਚ ਸ਼ੌਂਕ ਆ ਲਿਆ, ਗਾਉਣ ਵਾਲਾ ਕੰਮ ਛੱਡਿਆ ਨਹੀਂ। ਤੇ ਕਬੀਲਦਾਰੀ ਤੈਨੂੰ ਪਤਾ ਵੀ ਅੱਜ ਕੱਲ੍ਹ ਇੱਕ ਲੜਕੀ ਲੜਕੇ ਦਾ ਵਿਆਹ ਕਰ ਲਈਏ ਤੇ ਪੂਛ ਵਿੰਗੀ ਹੋ ਜਾਂਦੀ ਹੈ। ਤੇ ਅੱਜ ਤੱਕ ਉਸਤਾਦ ਦੀ ਕਿਰਪਾ ਹੈ, ਲੜਕੀਆਂ ਵੀ ਵਿਆਹ ਦੀਆਂ, ਲੜਕੇ ਵੀ ਵਿਆਹ ਤੇ, ਸਾਰਾ ਕੁਝ ਸ਼ੌਂਕ ਮੈਂ, ਪਰ ਵਿਆਹ ਦੇ ਕਾਰੋਬਾਰ ਇਹ ਨਹੀਂ ਛੱਡਿਆ ਗਾਉਣ ਵਾਲਾ। ਮੈਨੂੰ ਤਾਂ ਗਾਉਣ ਦੇ ਸ਼ੌਂਕ ਹੋ ਗਿਆ, ਆਪਾਂ ਮੈਨੂੰ ਇਹ ਤਰੱਕੀ ਬਹੁਤ ਚੰਗੀ ਲੱਗਦੀ ਹੈ ਜੀ। ਜਵਾਕ ਵਿਆਹ ਤੇ ਕੁੜੀਆਂ ਵੀ ਵਿਆਹ ਦੀਆਂ, ਸਾਰੇ ਕੰਮ ਧੰਦੇ ਲੱਗ ਕੇ, ਹੁਣ ਲੱਗਦਾ ਕਦੇ ਵੀ ਕਿਤੇ ਸਟੇਜਾਂ ਤੇ ਮੈਂ ਵੀ ਦੂਜੇ ਕਲਾਕਾਰਾਂ ਵਾਂਗੂ ਤੁੰਬੀਰ ਨਾਲ ਗਾਉਂਦੇ। ਬਈ ਮੇਰਾ ਤਾਂ ਇਹ ਸ਼ੌਂਕ ਹੈ, ਮੈਨੂੰ ਜਿੱਥੇ ਮਰਜ਼ੀ ਲਾ ਦੇਣ, ਉਸਤਾਦ ਦੀ ਕਿਰਪਾ, ਅਸੀਂ ਨੀਵੀਂ ਨਹੀਂ ਪਾਵਾਂਗੇ। ਉਹ ਹਜ਼ਾਰਾਂ ਬੰਦੇ ਬੈਠੇ ਹੋਣ ਨਾ, ਅਸੀਂ ਲੋਕ ਸਭਰ ਵਿਭਾਗ 'ਚ, ਉਹ ਮੈਨੂੰ ਇਕੱਲੇ ਨੂੰ, ਅਸੀਂ 21-22 ਪਾਰਟੀਆਂ ਨੇ ਜਿਹੜੇ ਪਹਿਲਾਂ ਹਰਿਆਣੀ ਵਾਲੇ ਗਾਉਂਦੇ ਆ ਨਾ, ਉਹਨਾਂ ਨੂੰ ਲੋਕ ਨਹੀਂ ਯਾਦ ਕਰਦੇ। ਮੈਨੂੰ ਕਈ ਵਾਰੀ ਕਹਿੰਦੇ ਵੀ ਉਹਨੂੰ ਸੱਦ ਕੇ ਲਿਆਓ। ਚੰਡੀਗੜ੍ਹ ਤੋਂ ਟੀਮਾਂ ਆਉਂਦੀਆਂ ਨੇ ਜਿਹਨਾਂ ਦੇ 70-80 ਹਜ਼ਾਰ ਨੌਕਰੀ ਹੈ, ਵੀ ਸਿਰਫ ਬੂਟਾ ਸਿੰਘ ਤੁਸੀਂ ਹਰ ਵਕਤ ਜਦੋਂ ਉਹਨਾਂ ਦੇ ਤੇ ਆਉਂਦੇ ਆ ਨਾ, ਸਾਲ ਦੋ ਸਾਲ ਤੋਂ, ਉਹ ਮੈਨੂੰ ਪਹਿਲੀ ਵਾਰ ਸਕੂਲਾਂ ਵਿੱਚ ਮੇਰਾ ਟਾਈਮ ਲਾਉਂਦੇ ਨੇ। ਪੜ੍ਹੇ ਕਿੰਨੇ ਹੋ ਤੇ ਗੀਤ ਤੁਸੀਂ ਆਪ ਵੀ ਲਿਖੇ ਹੈ ਜਾਂ ਉਸਤਾਦ ਦੇ ਗੀਤ ਹੀ ਗਾਉਂਦੇ? ਪੜ੍ਹੇ ਤਾਂ ਅਸੀਂ ਹੈ ਨਾ ਵੀ ਪੰਜੇ ਪੜ੍ਹਿਆ, ਉਹਦੀ ਛੋਟੀ ਉਮਰ 'ਚ ਸਾਡਾ ਰਹਿਣਾ ਟਿਕਾਣਾ ਆਇਆ ਨਹੀਂ ਸੀ, ਕਦੇ ਕਿੱਥੇ ਵਾ ਗਏ ਕਿੱਥੇ ਵਾ ਗਏ, ਪੰਜੇ ਪੜ੍ਹਿਆ ਪੰਜਾਬੀ ਤੇ ਉਹਦੀ ਮੈਂ ਰਹਿਸਲ ਕਰਦਿਆ ਰਿਹਾ ਰਹਿਸਲ। ਹਾਂ, ਇਹ ਜਿਹੜੇ ਨੇ ਜੋ ਗੀਤ ਮੈਂ ਆਪਦੇ ਲੋਕ ਸਾਹਿਤ ਪਵਾ ਲਿਆ ਨਾ, ਇਹ ਸਾਰੇ ਮੈਂ ਆਪ ਹੀ ਗਾਉਂਦਾ। ਜਿਹੜਾ ਸਰਕਾਰ ਨਸ਼ੇ ਬਾਰੇ ਜਾਂ ਸੜਕਾਂ ਚੱਲ ਰਹੀਆਂ ਨੇ, ਪਿੰਡਾਂ ਦੇ ਵਿੱਚ ਮਕਾਨ ਆਏ ਨੇ, ਬਿਜਲੀ ਆਈ ਹੈ, ਜਾਂ ਜਿਹਨਾਂ ਨੂੰ ਪਿਲਸਣਾਂ ਮਿਲਦੀਆਂ ਨੇ, ਜੋ ਵੀ ਗੀਤ ਹੈ ਮੈਂ ਸਾਰਿਆਂ ਦੇ, ਮੇਰੇ ਕੋਲ ਕਾਪੀ ਲਿਖੀ ਪਈ ਹੈ, 20-25 ਗੀਤ ਹੈ, ਮੈਂ ਆਪ ਹੀ ਲੈ ਕੇ ਆਪ ਹੀ, ਤਾਂ ਮੈਨੂੰ ਸਰਕਾਰ ਇਸ ਲੋਕ ਸਾਹਿਤ ਵਿਭਾਗ 'ਚ ਮੈਨੂੰ ਹਾਜ਼ਰ ਕੀਤਾ। ਲੋਕ ਗੀਤ ਵੀ ਕੋਈ ਆਪਦੇ ਹੋਏ? ਹਾਂ, ਲੋਕ ਗੀਤ ਮੇਰੇ ਕੋਲ ਹੈਗੇ। ਕਿੰਨੇ? 10-12 ਮੇਰੇ ਕੋਲ ਹੈਗੇ, ਉਹ ਤਾਂ ਹੈ ਤੇ ਜ਼ਿਆਦਾ ਹੀ, ਪਰ ਮੈਂ ਲਿਖੇ ਪੈ ਨੇ, ਜਦੋਂ ਗਾ ਲੈਣ ਜਦੋਂ ਮੈਂ ਸ਼ੁਰੂ ਹੋ ਜਾਣਾ, ਉਹ ਆਪ ਹੀ ਆਟੋਮੈਟਿਕ ਮੇਰੇ ਅੰਦਰ ਆ ਜਾਂਦੇ ਆ। ਜੇ ਹੁਣ ਤੁਹਾਨੂੰ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ, ਬਹੁਤ ਸਾਰੇ ਜਿਹੜੇ ਹੁਨਰ ਹੈ ਉਹ ਗਰੀਬੀ ਥੱਲੇ ਦੱਬ ਕੇ ਰਹਿ ਜਾਂਦੇ ਆ, ਜਿਵੇਂ ਤੁਸੀਂ ਕਿਹਾ ਵੀ ਬੜੀਆਂ ਜ਼ਿੰਮੇਦਾਰੀਆਂ ਸੀ, ਜ਼ਿੰਮੇਦਾਰੀਆਂ ਦਾ ਕਰਕੇ ਉਹ ਮੁਕਾਮ ਹਾਸਲ ਨਹੀਂ ਹੋਇਆ। ਹੁਣ ਜੇ ਤੁਹਾਨੂੰ ਮੌਕਾ ਮਿਲੇ, ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ, ਤੁਹਾਡੇ ਬਹੁਤ ਸਾਰੇ ਲੋਕ ਹੈ ਜਿਹੜੇ ਐਸੇ ਤਰ੍ਹਾਂ ਹੀ ਹੈ ਜਿਹੜੇ ਉਹ ਵਾਇਰਲ ਹੋਏ ਆ ਸੋਸ਼ਲ ਮੀਡੀਆ 'ਤੇ, ਔਰ ਅੱਜ ਜਿਹੜਾ ਚੰਗਾ ਨਾਮ ਕਮਾਇਆ, ਜੇ ਤੁਹਾਨੂੰ ਕੀ ਲੱਗਦਾ ਹੈ ਜੇ ਕਦੇ ਤੁਹਾਨੂੰ ਮੌਕਾ ਮਿਲੇ ਦੁਬਾਰਾ ਕਦੇ ਕੈਸਟ ਕਰਨ ਦਾ ਜਾਂ ਸਟੇਜਾਂ 'ਤੇ ਚੜ੍ਹਨ ਦਾ, ਕਿਸ ਤਰ੍ਹਾਂ ਦਾ ਤੁਹਾਡਾ ਵਿਚਾਰ? ਤੁਸੀਂ ਮੈਨੂੰ ਆਰਡਰ ਦੇ ਦਿਓ, ਮੈਨੂੰ ਤਾਂ ਐਂ ਖੁਸ਼ੀ ਚੜੂਗੀ ਜਿਵੇਂ ਲੜਕੇ ਨੂੰ ਵਿਆਹ ਦੀ ਖੁਸ਼ੀ ਹੁੰਦੀ ਹੈ ਨਾ, ਐਂ ਖੁਸ਼ੀ ਚੜ ਜਾਊ ਬਿਲਕੁਲ। ਕਿਹਾ ਨਾ ਉਸਤਾਦ ਦੀ ਕਲਾ, ਮੈਂ ਉਹਨਾਂ ਦੇ ਸਿਰ 'ਤੇ ਚੱਲਦਾ, ਮੈਂ ਜਦੋਂ ਮੈਂ ਗਾਉਂਦਾ ਨਾ, ਉਹ ਮੈਨੂੰ ਵਰ ਦਿੰਦੇ ਆ। ਮਨ 'ਚ ਟੀਸ ਹੈਗੀ ਆ ਹਜੇ? ਪੂਰੀ ਹੈ ਜੀ, ਕੀ ਹੋ ਗਿਆ, 70-70 ਸਾਲ ਤੇ ਮੈਨੂੰ 70 ਦਿਨ ਲੱਗਦੇ ਆ, ਇਹ ਗੱਲ ਨਹੀਂ ਹੈ ਕਿ ਉਹਨਾਂ ਦੀ ਕਲਾ ਮੇਰੇ ਕੋਲ ਹੈਗੀ। ਆਪਾਂ ਨੂੰ ਸ਼ੌਂਕ ਹੈ ਪੂਰਾ, ਜਿਹਨੂੰ ਪੂਰਾ ਸ਼ੌਂਕ ਕਹਿੰਦੇ ਆ, 16 ਨੇ ਸ਼ੌਂਕ ਪੂਰਾ ਹੈ ਜੀ। ਚਲੋ ਲਾਸਟ 'ਚ ਸਾਡੇ ਦਰਸ਼ਕਾਂ ਨੂੰ ਦੋ ਤਿੰਨ ਲਾਈਨਾਂ ਜਿਹੜੀਆਂ ਉਹ ਤੁਹਾਨੂੰ, ਜਿਹੜਾ ਦਿਲ ਨੂੰ ਬਹੁਤ ਵਧੀਆ ਨੇੜੇ ਲੱਗਦਾ ਹੋਵੇ ਉਸਤਾਦ ਦਾ ਗਾਇਆ ਹੋਇਆ ਗੀਤ, ਇੱਕ ਸਾਂਝਾ ਜ਼ਰੂਰ ਕਰੋ। ਬਿਲਕੁਲ ਜੀ, ਕੀ
बाबल मेरे नप कराई लीजा लाइया लमड़ी, बाबल मेरे नप कराई लीजा लाइया लमड़ी, वीर मेरिया ने ताज बनाया लाके हकदी दमड़ी। अगे भी हो सोभा करनी जाने कुल जबाना वेट मेरी नस डिग पी, निके चुपी जवाना है तो मेरी नस डिग पी, निके चुपी जवाना ये तो मेरी नस डिग पी। क्या बात है जी बूटा सिंह जी, अजे भी तुसी अपने उस्ताद दी जिहड़ी गायकी उन्हां दे यादां जिहड़ियां अजे भी संभाली बैठे हो साडे नाल गल्लबात करी, तुहाडा बहुत बहुत धन्नवाद। बहुत जी सानू इन्नी खुशी आउंदी है जिहड़ा कोई सानू कह दे ना, सानू इन्ना शौक आउंदा वी जिवें मैं 18-19 साल दा होना इस तरह मैनू रोग पूरा हुंदा। हां गवैस जी ना गवैस शौक होना चाहीदा, उमरां मरदा नहीं। सरकार मैनू इसे बात रखिया भी उम्र का कोई कौन 120 साल तो तेरी गायकी सानू बहुत पसंद है जी। सो दोस्तों ये सन बूटा सिंह सरसा जिले के पिंड भंगू तो, जिन्हां ने गायकी दे बाबा बोर्ड लाल चंद जमला जट की शगिरदी गीच रह के गाया, उन्हां दी सेवा की है 25 साल। अज उन्होंने गल्लां बातां सुनिया किस तरह उन्होंने उन्होंने गुरु धारिया और किस तरह का सफर रहा, क्योंकि कितने ना कि अज भी है जिहड़ा टीस है इन्हां दे मन च है कि वह गायकी जिहड़ी होर कलाकार मशहूर हुए है, क्योंकि अज सोशल मीडिया के जमाने च बहुत सारे इहो जिहे कलाकार भी हुए जिन्हां दा कोई गायकी नाल लेना देना नहीं सी, पर कितने ना कि उत्थे दुख आउंदा है कि जिहड़े बचपन तो लोक गीतां नाल जुड़े हुए सी, लोक गायकी नाल जुड़े हुए सी, वह अजे भी है जिहड़ा वह गरीबी है जिहड़ी आर्थिक हालात माड़े होण करके है जिहड़ा वह उन्हां दी आवाज़ है उन्हां दी उन्हां दा हुनर है वह लोगों तक सामने नहीं आया। साडी गुजारिश है कि इस वीडियो नूं ज़्यादा तो ज़्यादा शेयर करो ताकि बूटा सिंह दी वी है जिहड़ी हुनर है वह लोगों तक पहुँच सके, और इस तरह ही है जिहड़ी वह इन्हां दा जिहड़ा शौक है इन्हां दा जिहड़ी अजे भी मन च टीस है वह पूरी होवे। जेकर तुहानूं वीडियो वधिया लगी तां वीडियो नूं शेयर जरूर कर दिओ, लाइक कमेंट करके जरूर दस्सिओ, अजे तक जेकर साडे चैनल नूं सबसक्राइब नहीं कीता तां चैनल नूं सबसक्राइब करके घंटी दा बटन प्रेस जरूर करो ताकि आने वाली हर खबर का नोटिफिकेशन तुहाडे तक पहुँचता रहे। तुसीं देखते रहो फास्ट न्यूज़ टुडे, कैमरामैन जगसीर सिंह दे नाल रेशम सिद्धू दी ब्यूरो रिपोर्ट।